ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਹਰ ਚੀਜ਼ ਦੇ ਵਿੱਚ ਨਗੋਜ ਜ਼ਰੂਰ ਕੱਢਦੇ ਆ, ਚਾਹੇ ਉਹਨਾਂ ਨੂੰ ਉਸ ਚੀਜ਼ ਬਾਰੇ ਪਤਾ ਹੋਵੇ ਜਾਂ ਨਾ ਹੋਵੇ। ਅਤੇ ਅਕਸਰ ਹੀ ਕੁਝ ਲੋਕਾਂ ਦੀ ਇਹ ਆਦਤ ਵੀ ਹੁੰਦੀ ਆ ਕਿ ਉਹ ਚੀਜ਼ ਵੇਖ ਕੇ ਕਹਿਣਗੇ ਤੁਹਾਡਾ ਇੰਨਾ ਰੇਟ, ਫਲਾਨੀ ਮਾਰਕੀਟ 'ਤੇ ਚੀਜ਼ ਇੰਨੇ ਦੀ ਮਿਲਦੀ ਆ, ਅਤੇ ਉਹਨਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਜੋ ਇਹ ਚੀਜ਼ ਬਣਾ ਰਹੇ ਇਹਨਾਂ ਦਾ ਆਪਣਾ ਇਹ ਡਿਜ਼ਾਈਨ ਆ, ਕਿਸੇ ਹੋਰ ਕੋਲ ਤਾਂ ਇਹ ਚੀਜ਼ ਅਵੇਲੇਬਲ ਹੀ ਹੈ ਨਹੀਂ। ਪਰ ਉਹਨਾਂ ਨੇ ਫਿਰ ਵੀ ਕਹਿ ਦੇਣਾ, ਉਹ ਜਿੱਥੇ ਇਹ ਗੱਲ ਕਰਦੇ ਉਹ ਸੋਚਦੇ ਕਿ ਅਸੀਂ ਇਸ ਤਰ੍ਹਾਂ ਰੇਟ ਘਟਾ ਲਾਂਗੇ, ਪਰ ਇਹ ਨਹੀਂ ਹੁੰਦਾ ਕਿ ਜਦੋਂ ਤੁਸੀਂ ਇੱਦਾਂ ਦੀ ਗੱਲ ਕਰਦੇ ਹੋ ਇੱਕ ਤਾਂ ਜਿਹੜਾ ਬੰਦਾ ਕੰਮ ਕਰ ਰਿਹਾ ਉਹਦੇ ਦਿਲ ਨੂੰ ਵੀ ਠੇਸ ਪਹੁੰਚਦੀ ਕਿ ਆਪਾਂ ਇੰਨੀ ਮਿਹਨਤ ਨਾਲ ਕੰਮ ਕੀਤਾ ਹੈ ਨਾ, ਅਤੇ ਨਾਲ ਦੀ ਨਾਲ ਕਾਰੀਗਰ ਜਿਨ੍ਹਾਂ ਦੇ ਵਿੱਚ ਇੰਨੀ ਕਲਾ ਜਿਹੜੀ ਇੰਨੀ ਮਿਹਨਤ ਦੇ ਨਾਲ ਇੱਕ ਇੱਕ ਚੀਜ਼ ਬਣਾਉਂਦੇ ਆ। ਇਕੱਲੀ ਪੈਸੇ ਦੀ ਗੱਲ ਨਹੀਂ ਹੁੰਦੀ ਕਿ ਉਹ ਪੈਸੇ ਲਈ ਕੰਮ ਕਰਦੇ, ਉਹਨਾਂ ਦਾ ਸ਼ੌਂਕ ਵੀ ਹੁੰਦਾ। ਜਦੋਂ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਤੁਹਾਡਾ ਬਣਾਇਆ ਹੋਇਆ ਡਿਜ਼ਾਈਨ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ, ਅਤੇ ਉਹਨਾਂ ਨੂੰ ਵੀ ਦਿਲੋਂ ਖੁਸ਼ੀ ਮਿਲਦੀ ਆ। ਪਰ ਕੁਝ ਲੋਕ ਹਰ ਵਾਰ ਇੱਦਾਂ ਹੀ ਗੱਲਾਂ ਕਰਦੇ ਕਿ ਇਹ ਚੀਜ਼ ਮਹਿੰਗੀ ਆ, ਫਲਾਣੇ 'ਤੇ ਇੰਨੇ ਦੀ ਮਿਲਦੀ ਆ ਨਾ, ਉਹ ਇਹ ਨਹੀਂ ਦੇਖਦੀ ਕਿਹੜਾ ਬੰਦੇ ਨੇ ਫੈਬਰਿਕ ਯੂਜ਼ ਕੀਤਾ, ਕੀ ਇਹਦਾ ਡਿਜ਼ਾਈਨ ਆ, ਜਾਂ ਹੈਂਡਵਰਕ 'ਤੇ ਬਣਿਆ, ਜਾਂ ਮਸ਼ੀਨ ਵਰਕ 'ਤੇ ਬਣਿਆ, ਜਾਂ ਕੰਪਿਊਟਰ 'ਤੇ ਬਣਿਆ, ਜਾਂ ਕੀ ਸਾਰਾ ਸਿਸਟਮ ਆ ਨਾ। ਬਸ ਉਹਨਾਂ ਨੇ ਐਵੇਂ ਕਹਿਣਾ ਹੁੰਦਾ ਕਿ ਨਹੀਂ ਨਹੀਂ ਇਹ ਤਾਂ ਬਹੁਤ ਮਹਿੰਗਾ ਹੀ, ਤੁਹਾਡਾ ਰੇਟ ਜ਼ਿਆਦਾ ਆ। ਸੋ ਬਿਨਾਂ ਸੋਚੇ ਸਮਝੇ ਕਦੇ ਵੀ ਨਹੀਂ ਬੋਲਣਾ ਚਾਹੀਦਾ, ਕਿਉਂਕਿ ਕਹਿੰਦੇ ਕਿ ਜਿਹੜਾ ਸ਼ਬਦ ਜ਼ਬਾਨ 'ਚੋਂ ਨਿਕਲ ਜਾਂਦਾ ਉਹ ਦੁਬਾਰਾ ਵਾਪਸ ਨਹੀਂ ਆਉਂਦਾ। ਤੁਹਾਡਾ ਕਿਹਾ ਹੋਇਆ ਸ਼ਬਦ ਕਿਸੇ ਦਿਲ ਨੂੰ ਕਿੰਨਾ ਦੁਖੀ ਕਰ ਸਕਦਾ, ਬੰਦਾ ਸੋਚ ਵੀ ਨਹੀਂ ਸਕਦਾ। ਬਾਕੀ ਜੋ ਹੈਂਡਵਰਕ ਆ ਇਹ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ। ਰਾਜੇ ਮਹਾਰਾਜੇ ਰਾਣੀਆਂ ਜਿਹੜੀਆਂ ਹੁੰਦੀਆਂ ਸੀ ਉਹ ਹੈਂਡਵਰਕ ਦੀਆਂ ਚੀਜ਼ਾਂ ਪਾਉਂਦੇ ਸੀ। ਸੋ ਉਹਨਾਂ ਸਮਿਆਂ ਤੋਂ ਵੀ ਇਹ ਕਾਰੀਗਰ ਮਿਹਨਤ ਦੇ ਨਾਲ ਚੀਜ਼ਾਂ ਬਣਾਉਂਦੇ ਆ ਰਹੇ ਆ। ਸੋ ਜੇ ਤੁਹਾਡਾ ਵੀ ਸ਼ਾਹੀ ਸ਼ੌਂਕ ਆ ਤੁਸੀਂ ਚੰਗੀ ਚੀਜ਼ ਪਾਉਣੀ ਆ ਤਾਂ ਹੈਂਡਵਰਕ ਦੀ ਚੀਜ਼ ਪਾਓ, ਤੁਹਾਨੂੰ ਵੀ ਗੁੱਡ ਫੀਲ ਹੋਊਗਾ ਉਹਦੇ ਲਈ, ਮਿਹਨਤ ਕਰੋ ਕਿਉਂਕਿ ਮਹਿੰਗੀ ਚੀਜ਼ ਅਫੋਰਡ ਕਰਨ ਦੇ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ।